ਜਿਨ੍ਹਾਂ ਨੇ ਇਹ ਸਾਰਾ ਕੰਮ ਨਿਪਰੇ ਚਾੜਿਆ ਪਰਦੇ ਦੇ ਪਿੱਛੇ ਰਹਿ ਕੇ ਔਰ ਮੈਰਿਟ ਮੁਤਾਬਕ ਜਿਹੜੇ ਨਿਯੁਕਤੀਆਂ ਕੀਤੀਆਂ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਵੀ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਜਿੱਥੇ ਵਧਾਈ ਦੇਣਾ ਨਵ ਨਿਯੁਕਤ ਜਿਹੜੇ ਜੈਜ ਨੇ ਨਾਂ ਨਾਲ ਮੈਂ ਇਹ ਵੀ ਯਾਦ ਕਰਾਉਣਾ ਚਾਹੁੰਦਾ ਕਿ ਅਸੀਂ ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਇਲੈਕਸ਼ਨ ਲੜ ਰਹੇ ਸੀ ਤਾਂ ਅਸੀਂ ਗਰੰਟੀ ਦੇ ਰੂਪ ਚ ਕਹਿ ਰਹੇ ਸੀ ਕਿ ਰੋਜ਼ਗਾਰ ਦੇਣਾ ਹਮ ਤੌਰ ਤੇ ਗਰੰਟੀਆਂ ਨਹੀਂ ਦਿੱਤੀ ਜਾਂਦੀਆਂ ਹਮ ਤੌਰ ਤੇ ਟ੍ਰੈਡੀਸ਼ਨ ਪਾਰਟੀਆਂ ਵਾਦਾ ਕਰਦੀਆਂ ਨੇ ਦਾਵਾ ਕਰਦੀਆਂ ਨੇ ਜਦ ਮੈਨੀਫੈਸਟੋ ਚ ਐਵੇਂ ਲਿਖ ਦਿੰਦੇ ਆ ਮੈਨੀਫੈਸਟੋ ਕੋਈ ਕੋਹ ਕਰਕੇ ਨਹੀਂ ਬਣਾਏ ਜਾਂਦੇ ਦੂਜੀ ਪਾਰਟੀ ਦਾ ਮੈਨੀਫੈਸਟੋ ਪੜ੍ਹ ਲੈਂਦੇ ਨੇ ਵੀ ਉਹਨਾਂ ਨੇ ਕਿੰਨਾ ਕਿਹਾ ਉਹਨਾਂ ਨੇ 1.5 ਲੱਖ ਨੌਕਰੀ ਕਿਹਾ ਚੁਲਾਪਾ ਦੋ ਕਰ ਦੋ ਕਿਉਂਕਿ ਕਿਹੜਾ ਦੇਣੀਆਂ ਨੇ ਉਹਨਾਂ ਨੇ 4 ਪੀ ਕੇਗਲੋ ਆਟਾ ਕਿਹਾ ਤਾਂ ਆਪਾਂ ਦੋ ਕਰ ਦੋ ਸੋ ਇਦਾਂ ਕੰਪੀਟੀਸ਼ਨ ਚ ਕਿ ਬਾਅਦ ਚ ਦੇਖੀ ਜਾਊਗੀ ਦੇ ਆਧਾਰ ਤੇ ਪਹਿਲਾਂ ਉਹ ਲੋਕਾਂ ਨਾਲ ਦਾਅਵੇ ਵਾਅਦੇ ਕਰਦੇ ਰਹੇ ਪਰ ਅਸੀਂ ਗਾਰੰਟੀ ਦੇ ਰਹੇ ਸੀ ਕਿ ਇਸ ਗੱਲ ਦੀ ਗਾਰੰਟੀ ਹੈ ਸੁਰਵਿੰਦ ਕੇਜਰੀਵਾਲ ਜੀ ਦੀ ਗਵਾਈ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਔਨ ਸਾਰੇ ਪੂਰੀਆਂ ਹੋਣ ਲੱਗ ਗੀਆਂ ਬਿਜਲੀ ਦੇ ਬਿੱਲ ਜਿਹੜੇ ਨੇ ਉਹਨਾਂ ਦੀ ਗਰੰਟੀ ਦਿੱਤੀ ਸੀ ਕਿ ਜ਼ੀਰੋ ਹੋ ਜਾਣਗੇ 85% ਲਗਭਗ 87% ਘਰਾਂ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗ ਗਏ ਸਰਕਾਰੀ ਨੌਕਰੀਆਂ ਦਾ ਵਾਅਦਾ ਕੀਤਾ ਸੀ ਤਾਂ ਅੱਜ 188 ਅੱਜ ਵਾਲੇ ਮਿਲਾ ਕੇ 2674 ਨਿਯੁਕਤੀ ਪੱਤਰ ਐਸੇ ਹਾਲਚੋਂ ਸੀ ਦੇ ਚੁੱਕੇ ਆ ਜਿਹੜੇ ਮੁੰਡੇ ਕੁੜੀਆਂ ਆਪਣੇ ਆਪਣੇ ਕੁਰਸੀਆਂ ਤੇ ਬਹਿ ਕੇ ਜਾ ਕੇ ਕੰਮ ਕਰ ਰਹੇ ਨੇ ਜਿਹੜੀ ਆਮ ਆਦਮੀ ਪਾਰਟੀ ਆਏ ਕਿਸੇ ਹੋਰ ਪਾਰਟੀ ਦੇ ਵਿੱਚੋਂ ਕੋਈ ਕੱਢੇ ਹੋਏ ਜਾਂ ਛੱਡੇ ਹੋਏ ਜਾਂ ਅਸਤੀਫਾ ਦੇ ਕੇ ਆਏ ਜਾਂ ਭੱਜੇ ਹੋਏ ਲੀਡਰ ਨੇ ਨਹੀਂ ਬਣਾਈ ਇਹ ਜਿਹੜੀ ਪਾਰਟੀ ਹੈ ਐਂਟੀ ਕਰਪਸ਼ਨ ਮੂਵਮੈਂਟ ਚੋਂ ਨਿਕਲੀ ਹੈ ਅਰਵਿੰਦ ਕੇਜਰੀਵਾਲ ਜੀ ਆਈਆਰਐਸ ਅਫਸਰ ਨੇ हिसार ਜ਼ਿਲ੍ਹੇ ਦੇ ਉਹ ਕਲਉਤੇ ਸੀ ਉਸ ਵੇਲੇ हिसार ਜ਼ਿਲ੍ਹੇ ਚ ਉਹਨਾਂ ਦਾ ਪਿੰਡ ਹੈ ਤਾਂ ਜਦੋਂ ਉਹਨਾਂ ਨੇ ਕਲੀਅਰ ਕੀਤਾ ਐਗਜ਼ਾਮ ਯੂਪੀਐਸਸੀ ਦਾ ਤਾਂ ਉਹਨਾਂ ਨੂੰ ਉਹਦੇ ਮਾਪਿਆਂ ਨੂੰ ਲਗਭਗ ਡੇਢ ਮਹੀਨਾ ਲੱਗ ਗਿਆ ਇਹ ਲੱਭਣ ਵਾਸਤੇ ਕਿ ਕਿੱਥੇ ਆ ਉਹ ਕਿਉਂ ਸਾਡਾ ਮੁੰਡਾ ਐਡਾ ਵੱਡਾ ਅਫਸਰ ਬਣ ਗਿਆ ਉਹ ਲੱਭੀਏ ਉਹ ਕਿੱਥੇ ਸੀ ਉਸ ਵੇਲੇ ਝੁੱਗੀਆਂ ਝੋਪੜੀਆਂ ਦੇ ਵਿੱਚ ਗਰੀਬਾਂ ਦੀ ਸੇਵਾ ਕਰਨ ਦੇ ਵਿੱਚ ਮਸ਼ਰੂਫ ਸੀ ਸੋ ਇਹੋ ਜਿਹੇ ਸਾਡੇ ਲੀਡਰ ਨੇ ਜਿਹੜੇ ਗਰੀਬੀਆਂ ਨੂੰ ਬਿਲਕੁਲ ਥੱਲੋਂ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਨੌਕਰੀ ਦਾ ਅਰਥ ਕੀ ਹੁੰਦੇ ਨੇ ਪੱਕੀ ਨੌਕਰੀ ਖਾਸ ਤੌਰ ਤੇ ਉਹਤੇ ਲੱਗਣ ਦੇ ਅਰਥ ਕੀ ਹੁੰਦੇ ਨੇ ਕੱਚੀ ਦਾ ਕੀ ਫਰਕ ਹੁੰਦਾ ਸਾਰਾ ਸਾਨੂੰ ਪਤਾ ਹੈ ਆਮ ਘਰਾਂ ਚੋਂ ਆਏ ਉੱਠ ਕੇ ਸੋ ਅੱਜ 188 ਆਉਣ ਵਾਲੇ ਦਿਨਾਂ ਚ ਹੋਰ ਬਹਿਕਮੈਂਦੀਆਂ ਵੀ ਅਸਾਮੀਆਂ ਨਿਕਲ ਰਹੀਆਂ ਨੇ ਔਰ ਇਹ ਸਾਮੀਆਂ ਜਿਹੜੀਆਂ ਨੇ ਅਸੀਂ ਤੁਹਾਨੂੰ ਬਿਲਕੁਲ ਮੇਕ ਸ਼ੋਰ ਕਰਕੇ ਰਾਸਤਾ ਬਿਲਕੁਲ ਕਲੀਅਰ ਕਰਕੇ ਅਸੀਂ ਨਿਯੁਕਤੀ ਪੱਤਰ ਦਿੰਨੇ ਆ ਕੋਈ ਲੀਗਲ ਪੰਗਾ ਨਾ ਪਵੇ ਕੋਈ ਕੋਰਟ ਦਾ ਮਨਜੋਗ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਕੋਈ ਅੜਿੱਕਾ ਨਾ ਆਵੇ ਕਹਿਣ ਨੂੰ ਤਾਂ ਅਸੀਂ ਕੱਲ ਨੂੰ ਦੇ ਦਿੰਦੇ ਨੇ 5-7000 ਨੂੰ ਹੋਰ ਨਿਯੁਕਤੀ ਪੱਤਰ ਉਪਰ ਦਫ਼ਤਰਾਂ 'ਚ ਨਹੀਂ ਜਾਣਗੇ ਪਹਿਲਾਂ ਕੋਰਟ ਜਾਣਾ ਪੈਣਾ ਕੋਈ ਨਾ ਕੋਈ ਪੀਆਈ ਲਾਉਗੀ ਕੋਈ ਨਾ ਕੋਈ ਰੇਟ ਆਉਗੀ ਫੇਰ ਉਹ ਹੀ ਤਾਂ ਵਕੀਲਾਂ ਨੂੰ ਹਾਂ ਜੀ ਉਹਦੇ ਚ ਪਾਥੀਆਂ ਪੱਥੀਆਂ ਪਈਆਂ ਨੇ ਉਹਦੇ ਚ ਸਾਰੇ ਪਿੰਡ ਦੇ ਆਵਾਰਾ ਪਸ਼ੂ ਉੱਥੇ ਰਹਿੰਦੇ ਨੇ ਤੇ ਉਹ ਖੰਡਰ ਬਣ ਗਏ ਜੇ ਅਸੀਂ ਉਹਨੂੰ ਦੋ ਕਮਰੇ ਹੋਰ ਪਾ ਕੇ ਚਲਾ ਕੇ ਉੱਥੇ ਐਮਬੀਬੀਐਸ ਡਾਕਟਰ ਬਿਠਾਤਾ ਫਾਰਮਾਸਿਸਟ ਬਿਠਾਤਾ ਨਰਸਸ ਬਿਠਾਤੀਆਂ ਗੋਲੀਆਂ ਦਵਾਈਆਂ ਧਰਤੀਆਂ ਚਲਾਤਾ ਤਾਂ ਕੋਈ ਮੜਾ ਕੰਮ ਕਰਤੀ ਐਂ ਤਾਂ ਫਿਰ ਕੱਲ ਨੂੰ ਅੰਗਰੇਜ਼ ਕਹਿਣਗੇ ਰੇਲ ਗੱਡੀਆਂ ਦੀ ਲਾਈਨਾਂ ਸਾਰੀਆਂ ਅਸੀਂ ਬਿਛਾਈਆਂ ਸੀ ਤੁਸੀਂ ਇਹਦੇ ਰੇਲ ਨਹੀਂ ਚਲਾ ਸਕਦੇ ਰਾਸ਼ਟਰਪਤੀ ਭਵਨ ਐਸੀ ਬਣਾਇਆ ਸੀ ਤੁਸੀਂ ਇਹ 'ਚ ਬੈਠ ਨਹੀਂ ਸਕਦੇ ਪਾਰਲੀਮੈਂਟ ਸਾਡੀ ਬਣਾਈ ਹੋਈ ਹੈ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ ਕੀ ਗੱਲ ਜੀ ਤੁਸੀਂ ਠਿਕਾ ਲੈ ਲਿਆ ਤੁਸੀਂ ਆਪ ਬਣਾਇਆ ਆਪਦੇ ਪੈਸੇ ਨਾਲ ਜਿਸ ਵੇਲੇ 10 ਸਾਲ 15 ਸਾਲ ਪਹਿਲਾਂ ਬਣੀਆਂ ਸੀ ਉਦੋਂ ਵੀ ਪੈਸਾ ਲੋਕਾਂ ਦੇ ਲੱਗਿਆ ਸੀ ਉਹ ਖੰਡਰ ਬਣੇ ਪਏ ਨੇ ਉਹ ਜੋ ਨਾ ਖੰਡਰਾਂ ਨੂੰ ਅਸੀਂ ਫੰਕਸ਼ਨਲ ਕਰ ਰਹੇ ਹਾਂ ਤੇ ਤਾਂ ਮੈਂ ਲੋਕਾਂ ਨੂੰ ਸਹੂਲਤ ਹੀ ਮਿਲ ਰਹੀ ਹੈ ਜਿਦਾ ਹੋਵੇ ਨਾ ਕਿ ਉੱਥੇ ਪਹਿਲਾਂ 200 ਬੰਦਾ ਜਾਂਦਾ ਸੀ ਜੀ ਹੁਣ ਇਹਨਾਂ ਨੇ ਮਹੱਲਾ ਕੋਲ ਖੋਲਤਾ ਹੁਣ 100 ਬੰਦਾ ਜਾਣ ਲੱਗਿਆ ਨਾ ਕਿੱਥੇ ਦੱਸੋ ਦਿਖਾਓ ਮੈਨੂੰ ਕਿਹੜੀ ਪਿੰਡ ਦੀ ਡਿਸਪੈਂਸਰੀ ਚੱਲਦੀ ਹੈ ਕਿਦੋਂ ਦਵਾਈ ਮਿਲਦੀ ਹੈ ਸويس ਕਰਕੇ ਬਣਾਈਆਂ पीडब्ल्यूਡੀ ਦੀਆਂ ਹੋਈਆਂ ਨੇ ਉਹ ਅਸੀਂ ਉਹਨਾਂ ਬਿਲਡਿੰਗਾਂ ਨੂੰ ਇਹ ਜਿਹੜੀਆਂ ਪੁਰਾਣੀਆਂ ਸਕਾਨਾਂ ਕਹਿੰਦੀਆਂ ਸੀ ਬਣਾਈਆਂ ਨੇ ਉਹ ਜਦੋਂ ਚੱਲਦੀਆਂ ਹੀ ਨਹੀਂ ਕਿ ਜਿਨੇ ਮਰਜ਼ੀ ਬਣਾਈਆਂ ਨੇ ਜੋ ਚੱਲਦੀਆਂ ਹੀ ਨਹੀਂ ਉਹ ਤੇ ਫਿਰ ਉਹ ਪਾਣੀ ਵਾਲੀ ਬਾਸ ਕਿੱਥੇ ਆ ਉਹ ਵੀ ਇਹਨਾਂ ਨੇ ਬਣਾਈ ਸੀ ਪਾਣੀ ਤਾਂ ਹੈਗਾ ਉੱਥੇ ਬਸ ਕਿੱਥੇ ਐ ਸੋ ਵਿਰੋਧ ਕਰਨ ਵਾਸਤੇ ਵਿਰੋਧ ਕਰਨਾ ਮਾੜੀ ਗੱਲ ਐ ਪਰ ਕਿਉਂਕਿ ਹਰ ਇੱਕ ਗੱਲ ਤੇ ਰੋਜ਼ ਜਵਾਬ ਦੇਣਾ ਹੁੰਦਾ ਜੋ ਮਰਜ਼ੀ ਕੰਮ ਵਧੀਆ ਕਰ ਲਓਗਾ ਨਾ ਐ ਕਿਉਂ ਨਹੀਂ ਕੀਤਾ ਐ ਥੋੜੀ ਹੁੰਦਾ ਐ ਐ ਕਿਉਂ ਨਹੀਂ ਹੁੰਦਾ ਅਸੀਂ ਤਾਂ ਜੀ ਲੋਕਾਂ ਦੇ ਚੁਣੇ ਹੋਏ ਆ ਸਾਨੂੰ ਤਾਂ ਲੋਕਾਂ ਲਈ ਕੰਮ ਕਰਨਾ ਆਉਂਦਾ ਸਾਨੂੰ ਸਕੂਲ ਬਣਾਉਣੇ ਆਉਂਦੇ ਨੇ ਦਿੱਲੀ 'ਚ ਅਸੀਂ ਕੰਮਜਾਬ ਤਰੀਕੇ ਨਾਲ ਬਣਾਏ ਨੇ ਸਾਨੂੰ ਹਸਪਤਾਲ ਬਣਾਉਣੇ ਆਉਂਦੇ ਨੇ ਸਾਨੂੰ ਬਿਜਲੀ ਮੁਫਤ ਕਰਨੀ ਆਉਂਦੀ ਐ ਸਾਨੂੰ ਇਨਫਰਾਸਟ੍ਰਕਚਰ ਬਣਾਉਣਾ ਆਉਂਦਾ ਸਾਨੂੰ ਲੋਕਾਂ ਨੂੰ ਰੋਜ਼ਗਾਰ ਦੇਣਾ ਆਉਂਦਾ ਆਹੀ ਨੌਕਰੀਆਂ 26000 ਪਹਿਲਾਂ ਕਿਉਂ ਨਹੀਂ ਦਿੱਤੀਆਂ ਇਹਨਾਂ ਨੇ ਇਹ ਪਹਿਲਾਂ ਸਿਰਫ ਅਨਾਉਂਸ ਕਰਦੇ ਸੀ ਆਖਰੀ 6 ਮਹੀਨਿਆਂ 'ਚ ਇਹਨਾਂ ਨੂੰ ਕੋਈ ਰਿੱਟ ਪੈ ਜਾਂਦੀ ਸੀ ਜਾਂ ਇਲੈਕਸ਼ਨ ਕੋਡ ਲੱਗ ਜਾਂਦਾ ਸੀ ਰਹਿ ਜਾਂਦੇ ਸੀ ਸਾਰੇ ਅਸੀਂ ਇਹ ਕੰਮ ਕਰ ਰਹੇ ਹਾਂ ਪਹਿਲੇ 6 ਮਹੀਨਿਆਂ 'ਚ ਪਹਿਲੇ 10 ਮਹੀਨੇ ਹੋਏ ਨੇ ਅਜੇ 10 ਮਹੀਨੇ ਹੋਏ ਨੇ ਅਸੀਂ ਪਹਿਲਾਂ ਕਿ ਕੱਢੋ ਯਾਰ ਨੌਕਰੀਆਂ ਕੱਢੋ ਲੋਕਾਂ ਨੂੰ ਕੰਮ ਤੇ ਲਾਈਏ ਕਿਉਂ ਸਾਡੇ ਧੀਆ ਪੁੱਤ ਜਾ ਕੇ ਬਾਹਰਲੇ ਮੁਲਕਾਂ 'ਚ ਤੱਕੇ ਖਾਣ ਇੱਥੀ ਡਿਗਰੀ ਮੁਤਾਬਕ ਕੰਮ ਮਿਲ ਜੇ ਵਤਨਾ ਵਰਗੀ ਰੀਸ ਥੋੜੀ ਨਹੀਂ ਦੇ ਕੋਈ ਨਾਲੇ ਪੰਜਾਬ ਦੇਸ਼ ਵਰਗੀ ਧਰਤੀ ਉਪਜਾਊ ਔਰ ਕੌਮ ਮਿਹਨਤੀ ਹਰ ਕਿਸਮ ਦਾ ਮੌਸਮ ਤੇ ਇੱਥੇ ਪੜੇ ਆ ਬਾਹਰ ਚਲੇ ਜਾਂਦੇ ਆ ਪਰ ਸਰੀਰ ਚਲੇ ਜਾਂਦਾ ਮਨ ਇੱਥੇ ਰਹਿ ਜਾਂਦਾ ਫਿਰ ਵੀ ਦੀਵਾਲੀਆਂ ਦਸਹਿਰੇ ਲੋੜੀਆਂ ਮਨਾਉਣ ਤਾਂ ਇੱਥੇ ਆਉਨੇ ਆ ਸੋ ਇਸ ਕਰਕੇ ਮੈਂ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਉਹ ਜੋ ਮਰਜ਼ੀ ਕਹੀ ਜਾਂ ਮੈਨੂੰ ਜਿਹੜਾ ਤੁਸੀਂ ਮੌਕਾ ਦਿੱਤਾ ਜਿਹੜਾ ਮੇਰੇ ਤੇ ਵਿਸ਼ਵਾਸ ਕੀਤਾ ਮੈਨੂੰ ਉਹ ਤੇ ਮਾਣ ਹੈ ਜੇ ਨਜ਼ਰ ਤੁਹਾਡਾ ਵਿਸ਼ਵਾਸ ਮੇਰੇ ਨਾਲ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦੀ ਅਸੀਂ ਕਰਦੇ ਰਹਿਾਂਗੇ ਤੇ ਨਾਲ ਨਾਲ ਪ੍ਰਾਣਾ ਸਾਹਿਬ ਬਿਲੰਦੇ ਰਹਿਾਂਗੇ ਨਤੋਂ ਉਹ ਤਾਂ ਲੈ ਰਹੇ ਹਰ ਰੋਜ਼ ਲੈ ਰਹੇ ਸਾਹਿਬ ਇਹ ਤਾਂ ਉਹਨਾਂ ਨੇ ਜਿੰਨੇ ਯਾਦ ਕਰਾਤਾ ਉਹ ਡਿਸਪੈਂਸਰੀਆਂ ਦਾ ਵੀ ਸਾਹਿਬ ਲੈਣਾ ਕਿੰਨੇ ਦੀ ਬਣਾਈਆਂ ਸੀ ਉਦੋਂ ਹਾਂ ਫਿਰ ਉਹ ਇੰਨੇ 10 ਸਾਲਾਂ ਚ ਕਿਵੇਂ ਇੰਨਾ ਟਾਈਟਰੀ ਹੋ ਗਈਆਂ ਉਹ ਖੰਡ ਕਿਵੇਂ ਬਣ ਗਏ 10 ਸਾਲਾਂ 'ਚ ਜੇ ਕੁਝ ਲਾਇਆ ਹੁੰਦਾ ਸুইস ਕਰਕੇ ਪੰਜਾਬ ਪ੍ਰਗਤੀ ਦੇ ਰਾਹ ਤੇ ਹੈ ਇੰਡਸਟਰੀ ਆ ਰਹੀ ਹੈ ਬਹੁਤ ਸਾਰੀ ਇੰਡਸਟਰੀ ਆ ਰਹੀ ਹੈ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਹੋਰ ਜੌਬਸ ਕ੍ਰੀਏਟ ਹੋਣਗੀਆਂ ਸਾਡੇ ਮੁੰਡੇ ਕੁੜੀਆਂ ਨੂੰ ਡਿਗਰੀਆ ਮੁਤਾਬਕ ਇੱਥੇ ਕੰਮ ਮਿਲੂਗਾ। ਔਰ ਨਾਲ ਨਾਲ ਪੰਜਾਬ ਜਿਹੜਾ ਇੱਕ ਇੰਡਸਟਰੀਅਲ ਸਟੇਟ ਐਗਰੀਰੀਅਨ ਸਟੇਟ ਦਾ ਹੈਗਾ ਹੀ ਐ। ਖੇਤੀਬਾੜੀ ਵਾਸਤੇ ਬਹੁਤ ਨਵੇਂ-ਨਵੇਂ ਤਜਰਬੇ ਲੈ ਕੇ ਆ ਰਹੇ ਆ। ਪੀਏਯੂ ਜਿਹੜੀ ਹੈ ਪੀਏਯੂ ਨੂੰ ਪਹਿਲਾਂ ਕਰਜ਼ਾਈ ਕਰ ਰੱਖਿਆ ਸੀ। ਪੀਏਯੂ ਨੂੰ ਅਸੀਂ ਪਹਿਲਾਂ ਸਿਰ ਖੜੀ ਕਰ ਰਹੇ ਹਾਂ। ਔਰ ਜਿੰਨਾ ਵੀ ਸਾਡਾ ਸੋਰਸਸ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਪੈਰਾਂ ਸਿਰ ਖੜਾ ਕਰਕੇ ਪੈਸੇ ਖਜ਼ਾਨੇ ਚਾਉਣਗੇ ਖਜ਼ਾਨੇ ਚੋਂ ਤੁਹਾਡੇ ਕੋਲ ਆਉਣਗੇ ਹੁਣ ਆ ਜਿਹੜੀ 188 ਨੂੰ ਤਨਖਾਹ ਦੇਵਾਂਗੇ ਏਕੜਾ ਸੀ ਕੋਈ ਮਸ਼ੀਨਾਂ ਰੱਖੀਆਂ ਹੋਈਆਂ ਨੇ ਨੋਟ ਛਾਪਣ ਨੂੰ ਟੈਕਸ ਕਲੈਕਟ ਕਰਨਾ ਤੁਹਾਨੂੰ ਤਨਖਾਹ ਦੇਣੀ ਹੈ ਇਹੀ ਸਰਕਾਰ ਦਾ ਕੰਮ ਹੁੰਦਾ ਹੈ ਪਹਿਲਾਂ ਕੀ ਹੁੰਦਾ ਸੀ ਟੈਕਸ ਕਲੈਕਟ ਕਰਦੇ ਆਪਣੇ ਘਰੇ ਰੱਖ ਲੈਂਦੇ ਸੀ ਤੁਹਾਨੂੰ ਟੈਂਕੀਆਂ ਤੇ ਤੁਹਾਨੂੰ ਟਾਬਰਾਂ ਤੇ ਤਾਨੂੰ ਹੜਤਾਲਾਂ ਤੇ ਕੋਈ ਪਰਵਾਹ ਨਹੀਂ ਕਰਦਾ ਸੀ ਕਿਸੇ ਦੀ ਸੋ ਕੋਈ ਮੇਰਾ ਕੋਈ ਸਕਾ ਭਤੀਜਾ ਭਾਂਜਾ 188 ਜੋ ਹੱਥ ਖੜਾ ਕਰਕੇ ਦੱਸ ਦਿਓ ਜੇ ਕੋਈ ਸਾਡਾ ਰਿਸ਼ਤੇਦਾਰ ਹੈ ਵਿੱਚ ਮੈਰਿਟ ਦੇ ਆਧਾਰ ਤੇ ਭਰਤੀ ਹੋਊਗੀ ਮੈਰਿਟ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਰਿਸ਼ਵਤ ਨਹੀਂ ਚੱਲੂ ਕੋਈ ਕੋਈ ਕਿਸੇ ਐਮਐਲਏ ਦੇ ਕਹਿਣ ਤੇ ਮੈਨੂੰ ਕਿਸੇ ਵਿਭਾਗ ਦੇ ਵਿੱਚ ਨਿਯੁਕਤੀ ਪੱਤਰ ਦੇਣੇ ਸੀ ਇੱਕ ਮੇਰਾ ਐਮਐਲਏ ਕਹਿੰਦਾ ਵੀ ਦੋ ਨੰਬਰ ਘਟਨੇ ਬਸ ਇੱਕ ਬੰਦੇ ਨੂੰ ਡਿਐਸਟ ਕਰ ਲਓ ਮੈਂ ਕਿਹਾ ਪੋਸਟ ਤਾਂ ਆਈ ਨਹੀਂ ਇਹਨੇ ਕਹਿੰਦਾ ਇੱਕ ਨੂੰ ਦੇਖ ਲਓ ਮੈਂ ਕਿਹਾ ਵੀ ਜਿਹੜੇ ਨੂੰ ਕੱਢੂਗਾ ਫਿਰ ਉਹ ਕੀ ਦਾ ਹੈ ਜਿਹੜੇ ਨੂੰ ਤੁਹਾਡੇ ਵਾਲਾ ਦੋ ਨੰਬਰ ਘਟਨੇ ਇੱਕ ਨੂੰ ਕੱਢਣਾ ਪਊਗਾ ਉਹ ਕੌਣ ਹੈ ਫਿਰ ਉਹ ਆਪਣਾ ਨਹੀਂ ਹੈਗਾ ਫਿਰ ਮੈਂ ਕਿਹਾ ਅਗਲੀ ਵਾਰ ਇਹਨੂੰ ਕਹਿ ਮਿਹਨਤ ਕਰ ਲੈ ਦੋ ਨੰਬਰ ਵਾਧੇ ਲੈ ਲੈ ਕੰਮ ਤੇ ਆ ਜੀ ਸੋ ਅਸੀਂ 3 ਕਰੋੜ ਪੰਜਾਬੀਆਂ ਨੂੰ ਆਪਣੇ ਸਮੇਂ ਦੇ ਆ ਕੋਈ ਖਾਸ ਅਸੀਂ ਆਪਣੇ ਪਰਿਵਾਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਅਸੀਂ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦੇਣ ਲੱਗੇ ਉਹਨਾਂ ਨੂੰ ਵੀ ਇਦਾਂ ਹੀ ਟੈਸਟ ਦੇਣੇ ਪੈਣਗੇ ਉਹਨਾਂ ਨੂੰ ਵੀ ਇਦਾਂ ਹੀ ਜਿਹੜੇ ਮੈਰਿਟ ਕਲੀਅਰ ਕਰਨੀ ਪਊਗੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਨੇ ਉਹਨਾਂ ਦਾ ਬੇਟਾ ਜਿਹੜਾ ਉਹ 1 ਘੰਟਾ ਡਰਾਈਵ ਕਰਕੇ ਜਮਨਾਪੁਰ ਸਕੂਲ ਚ ਪੜਨ ਜਾਂਦੇ ਸੀ ਕੇਦਰੀਵਾਲ ਦੀ ਚੌਣਾ ਆਪਣੇ ਘਰ ਦੇ ਖੱਬੇ ਪਾਸੇ ਜਾਂ ਸੱਜੇ ਪਾਸੇ ਦੋ ਬੜੇ ਬੜੇ ਸਕੂਲ ਨੇ ਪ੍ਰਾਈਵੇਟ ਉਹਨਾਂ ਜਦੋਂ ਮਰਜ਼ੀ ਐਡਮਿਸ਼ਨ ਕਰਾ ਦੇਣ ਮੁੱਖ ਮੰਤਰੀ ਦੇ ਮੁੰਡੇ ਨੂੰ ਕੌਣ ਜਵਾਬ ਦੇਊਗਾ ਪਰ ਇੱਕ ਵਾਰੀ ਐਡਮਿਸ਼ਨ ਕਰਾਤੀ ਉਦੋਂ ਬਾਅਦ ਮੁੜ ਕੇ ਮਹੀਨੇ ਇੱਕ ਬਾਅਦ ਕਹਿਣਗੇ ਥੋੜੀ ਫੀਸ ਵਧਾ ਲਈਏ ਸਰ ਫੇਕੀ ਜਾਵਾਂ ਦੇਣਗੇ ਉਹ ਵਧਾਉਣੇ ਪਊ ਫੀਸ ਸਾਰੇ ਸਾਰੇ ਵਧਾਉਣਗੇ ਫਿਰ ਮਨੀਸ਼ ਸੋਧਿਆ ਜਿਹਨਾਂ ਨੇ ਸਕੂਲ ਬਣਾਏ ਉਹਨਾਂ ਦਾ ਬੇਟਾ ਉਧਰੋਂ ਆਉਂਦਾ ਉਹਨਾਂ ਤਾਂ ਕਰ ਗਿਆ ਪੜ੍ਹਾਈ ਪੂਰੀ ਉਹ ਉਧਰੋਂ ਆਉਂਦਾ ਸੀ ਪੌਣਾ ਘੰਟੇ ਦੀ ਡਰਾਈਵ ਕਰਕੇ ਜਿਨ੍ਹਾਂ ਨੇ ਸਕੂਲ ਬਣਾਏ ਸਿੱਖਿਆ ਮੰਤਰੀ ਐਗਜ਼ਾਮਪਲਾਂ ਤਾਂ ਪਰ ਇਹੀਂ ਸੈੱਟ ਕਰਨੀਆਂ ਪੈਣਗੀਆਂ ਸੋ ਤੁਸੀਂ ਸਾਡੇ ਪੰਜਾਬ ਸਰਕਾਰ ਦੇ ਪਰਿਵਾਰ ਦੇ ਮੈਂਬਰ ਬਣਿਆ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀ ਵਧਾਈ ਮੈਂ ਇੱਕ ਵਾਰੀ ਫੇਰ ਕਹਿਣਾ ਜਿੱਥੇ ਵੀ ਡਿਊਟੀ ਲੱਗ ਗਈ ਤਾਂ ਦੇ ਹੀ ਨਾ ਡਿਊਟੀ ਨਵਾਇਓ ਡਿਊਟੀਆਂ ਬਿਊਟੀ ਤੇ ਇਹਨਾ ਸੋਚੋ ਕਿ ਸ਼ਾਇਦ ਮੁੱਖ ਮੰਤਰੀ ਬਣ ਕੇ ਜਾਂ ਮੰਤਰੀ ਬਣ ਕੇ ਮੌਜਾ ਹੁੰਦੀਆਂ ਨੇ 10 10 11 11 ਕਈ ਵਾਰੀ 12 12 ਘੰਟੇ ਵੀ ਅਸੀਂ ਕੰਮ ਕਰਦੇ ਹਾਂ ਇਹ ਤੋਂ ਪਹਿਲਾਂ ਤਿੰਨ ਚਾਰ ਮੀਟਿੰਗਾਂ ਕਰਕੇ ਆਇਆ ਹਾਂ ਇਹ ਤੋਂ ਬਾਅਦ ਤਿੰਨ ਚਾਰ ਕਰੂੰਗਾ ਬਖੂਕ ਡਿਪਾਰਟਮੈਂਟਾਂ ਦੀਆਂ ਕਿ ਕਿੱਥੇ ਕੀ ਕਰ ਸਕਦੇ ਆ ਸਕੂਲ ਆਫ ਐਮੀਨੈਂਸ ਕਿਵੇਂ ਬਣਾ ਸਕਦੇ ਆ ਬੁਢਾਪਾ ਪੈਨਸ਼ਨ ਘਰ ਘਰ ਕਿਵੇਂ ਦੇ ਸਕਦੇ ਆ ਬੁਢਾਪਾ ਪੈਨਸ਼ਨ ਕਾਦੇ ਵਾਸਤੇ ਬਣੀ ਹੈ ਜੀ ਕਿ ਤੁਸੀਂ ਬਜ਼ੁਰਗ ਹੋ ਗਏ ਤੁਹਾਡੇ ਤੋਂ ਹੁਣ ਤੁਰਿਆ ਨਹੀਂ ਜਾਂਦਾ ਤੁਹਾਨੂੰ ਘਰੇ ਬੈਠੇ ਨੂੰ ਪੈਸੇ ਆਇਆ ਕਰਨਗੇ ਬੁਢਾਪਾ ਪੈਨਸ਼ਨ ਲਾ ਕੇ ਉਹਨੂੰ ਕਹਿੰਦੇ 5 ਕਿਲੋਮੀਟਰ ਜਾ ਕੇ ਬੈਂਕ ਚ ਡੇਢ ਘੰਟਾ ਲਾਈਨ ਚ ਖੜਕੇ ਪੈਨਸ਼ਨ ਲੈ ਆਓ ਲੈ ਜਿਉ ਐਨੇ ਹੀ ਕੁਝ ਕਰ ਸਕਦਾ ਹੋਇਆ ਉਹ ਕਾਦਾ ਬੁਢਾ ਫਿਰ ਅਸੀਂ ਬੁਢਾਪਾ ਪੈਨਸ਼ਨ ਘਰੇ ਘਰ ਦੇ ਕੇ ਆਵਾਂਗੇ ਕੁੰਡਾ ਖੜਕਾ ਕੇ ਆਹ ਲਓ ਬਾਪੂ ਜੀ ਆਹ ਲਓ ਬੇਬੇ ਜੀ ਆਹ ਤੁਹਾਡਾ ਬੁਢਾਪਾ ਪੈਨਸ਼ਨ ਦੇ ਪੈਸੇ ਨੇ ਇਹਨੂੰ ਤੁਸੀਂ ਚਾਹੇ ਅਗਲੇ ਹੱਥ ਨਾਲ ਆਪਦੇ ਬੱਚਿਆਂ ਨੂੰ ਦੇ ਦਿਓ ਸਾਨੂੰ ਨਹੀਂ ਕੋਈ ਪ੍ਰੋਬਲਮ ਡਿਲੀਵਰੀ ਹੋਮ ਡਿਲੀਵਰੀ ਆਫ ਸਰਵਿਸਿਜ਼ ਰਾਸ਼ਨ ਕਰਮ ਕਰਿਆ ਹੋਊਗਾ ਦਿੱਲੀ ਦੇ ਵਿੱਚ ਕੀ ਕੀਤਾ ਤੁਸੀਂ ਜਾਤੀ ਪ੍ਰਮਾਨ ਪੱਤਰ ਬਣਾਉਣਾ ਹੈ ਕੋਈ ਐਨਓਸੀ ਲੈਣੀ ਹੈ ਕੋਈ ਕੋਈ ਹੋਰ ਕਿਸੇ ਵੀ ਕਿਸਮ ਦਾ ਕੋਈ ਡਾਕੂਮੈਂਟ ਤੁਸੀਂ ਲੈਣਾ ਹੈ ਤੁਹਾਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਫੋਨ ਉਹਨਾਂ ਨੂੰ ਫੋਨ ਦਿੱਤਾ ਹੈ 10 76 ਹੈ ਮੇਰੇ ਖਲ ਉਹ ਦਿੱਲੀ ਜੀ ਚੱਲਦਾ ਹੈ ਉਹ ਤੇ ਫੋਨ ਕਰੋ ਐਡਰੈਸ ਲਿਖਾ ਦਿਓ ਕੀ ਚਾਹੀਦਾ ਉਹ ਤੁਹਾਨੂੰ ਫੋਨ ਆਊਗਾ ਦਫਤਰ ਚੋਂ ਕਿ ਜੀ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋ ਮੈਂ 8 ਵਜੇ ਤੋਂ ਪਹਿਲਾਂ ਤਾਂ ਘਰ ਨਹੀਂ ਆਉਂਦਾ ਉਹ ਕਹਿੰਗੇ ਠੀਕ ਹੈ ਜੀ ਸਵਾ 8 ਸਾਢੇ 8 ਤੋਂ ਢਿੱਕੇ ਆ ਜਾਾਂਗੇ ਅਫਸਰ ਜਾਊਗਾ ਇੱਕ ਪ੍ਰਿੰਟਿੰਗ ਵਾਲੀ ਮਸ਼ੀਨ ਲੈ ਕੇ ਜਾਊਗਾ ਤੁਹਾਨੂੰ ਜੋ ਚਾਹੀਦਾ ਹੈ ਉਹਦਾ ਉੱਥੇ ਹੀ ਉਸੇ ਤਰ੍ਹਾਂ ਰਿਕਾਰਡ ਕਰਕੇ ਤੁਹਾਨੂੰ ਪ੍ਰਿੰਟਿੰਗ ਵਾਲੀ ਮਸ਼ੀਨ ਚੋਂ ਕੱਢ ਕੇ ਤੁਹਾਡਾ ਡਾਕੂਮੈਂਟ ਉੱਥੇ ਫੜਾ ਜੂਗਾ ਘਰੇ ਆ ਕੇ ਬਹੁਤ ਸਾਰੇ ਸਰਕਾਰੀ ਅਫਸਰ ਬੰਦ ਕਰਤੇ ਆਰਟੀਆ ਦਾ ਅਫੀਸਰ ਦਿੱਲੀ ਦੇ ਵਿੱਚ ਬੰਦ ਕਰਤਾ ਕਿਉਂਕਿ ਸਾਰਾ ਕੰਮ ਘਰੇ ਆਉਣ ਲੱਗਿਆ ਅਸੀਂ ਵੀ ਈ ਈ ਤੇ ਕਰਤੇ ਕਾਫੀ ਕੰਮ ਜਿਵੇਂ ਤੁਸੀਂ ਲਰਨਿੰਗ ਲਾਇਸੈਂਸ ਲੈਣਾ ਹੈ ਇੱਕ ਐਪ ਬਣਾਤੀ ਉਸੇ ਤੇ ਖੋਲੋ ਐਪ ਉਸੇ ਤੇ ਪੇਪਰ ਦਿਓ ਨਾ ਦੀਆਂ ਰਿਜ਼ਲਟ ਹੈ ਤੇ ਤੁਹਾਨੂੰ ਲਰਨਿੰਗ ਲੈਸੈਂਸ ਜਿਹੜਾ ਤੁਸੀਂ ਪ੍ਰਿੰਟ ਕਰ ਲੋ ਆਰਟੀਆ ਅਫੀਸ ਦੇ ਵਿੱਚ 1 ਸਾਲ ਚ ਘੱਟੋ ਘੱਟ 8 ਲੱਖ ਬੰਦਾ ਲਰਨਿੰਗ ਲੈਸੈਂਸ ਵਾਸਤੇ ਅਪਲਾਈ ਕਰਨ ਜਾਂਦਾ ਸੀ 2 ਗੇੜੇ ਘੱਟੋ ਘੱਟ ਭਾਈ ਦੀ ਜਿੰਨੇ 16 ਲੱਖ ਹੋ ਗਿਆ 16 ਲੱਖ ਬੰਦਾ ਇਹਦਾ ਮਤਲਬ ਦਫ਼ਤਰ ਜਾਣ ਤੋਂ ਅਸੀਂ ਰੋਕ ਲਿਆ ਘਰੇ ਬਹਿ ਕੇ ਜਦੋਂ ਮਰਜ਼ੀ ਤੁਸੀਂ ਲਰਨਿੰਗ ਲੈਸੈਂਸ ਕੱਢੋ ਗੱਡੀ ਲੈਣ ਜਾਂਦੇ ਹੋ ਸਕੂਟਰ ਲੈਣ ਜਾਂਦੇ ਹੋ ਉਸੇ ਦੇ ਨਹੀਂ ਤੁਸੀਂ ਆਪਣੀ ਮਨਪਸੰਦ ਦਾ ਕੰਪਿਊਟਰ ਦੇ ਵਿੱਚੋਂ ਨੰਬਰ ਸਿਲੈਕਟ ਕਰੋ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਡੀਲਰ ਨੂੰ ਅਸੀਂ ਅਥੋਰਾਈਜ਼ ਕਰਤਾ ਤੁਹਾਨੂੰ ਜਿਹੜੀ ਉਹਦੀ ਜਿਹੜੀ ਆਰਸੀ ਹੈ ਡਿਜੀਟਲ ਆਰਸੀ ਉਹ ਬਣਾ ਕੇ ਦੇਵਾਂਗੇ ਜਦੋਂ ਅਸੀਂ ਗੱਡੀ ਬਾਹਰ ਕੱਢੋਗੇ ਤੁਹਾਡੇ ਕੋਲ ਆਰਸੀ ਹੋਊਗੀ ਬਹੁਤ ਸਾਰੀਆਂ ਹੋਰ ਅਸੀਂ ਚੀਜ਼ਾਂ ਜਿਹੜੀਆਂ ਨੇ ਉਹ ਇੰਟਰਨੈਟ ਤੇ ਅੱਜ ਦੇ ਜ਼ਮਾਨੇ ਮੁਤਾਬਕ ਹਾਣ ਦਾ ਕਰ ਰਹੇ ਹਾਂ ਤਾਂ ਕਿ ਖੱਜਲ ਖੁਆਰੀਆਂ ਘਟਣ ਤੁਹਾਡੀਆਂ ਤਾਂ ਕਿ ਦਫ਼ਤਰਾਂ ਦੇ ਗੇੜੇ ਘਟਣ ਤੇ ਮੈਂ ਹਰੇਕ ਇਲਾਕੇ ਚੋਂ ਸ਼ਾਇਦ ਹੋਣਗੇ ਜਿਹੜੇ ਅੱਜ ਸਿਲੈਕਟ ਕੀਤੇ ਗਏ ਨੇ ਉਮੀਦਵਾਰ ਸਾਰਿਆਂ ਨੂੰ ਮੈਂ ਪਹਿਲਾਂ ਵੀ ਬੇਨਤੀ ਕਰ ਦਿੰਦਾ ਜਿੰਨੇ ਵੀ ਇੱਥੇ ਆਉਣ ਕਿ ਅੱਜ ਤੁਹਾਨੂੰ ਵੀ ਬੇਨਤੀ ਕਰਦਾ ਹੁਣ ਜਦੋਂ ਨਿਯੁਕਤੀ ਲੈਟਰ ਮਿਲ ਗਿਆ ਬਸ ਤਾਂ ਸਾਡੀ ਤਾਂ ਇਹੀ ਕੁਸ਼ ਹੁੰਦੀ ਹੈ ਵੀ ਨੇੜੇ ਤੇੜੇ ਜੀ ਰੱਖੀਏ ਕਰ ਦੇ ਪਰ ਜੇ ਥੋੜਾ ਬਹੁਤ ਇਧਰ ਉਧਰ ਹੋ ਗਿਆ ਬਦਲੀਆਂ ਦੇ ਚੱਕਰ ਚ ਨਾ ਪੈ ਜੇ ਹੁਣ ਬਿਲਕੁਲ ਇਹ ਕੰਮ ਤਾਂ ਬਣ ਗਿਆ ਹੁਣ ਦੂਜੀ ਵਾਰ ਦੇਖੀਏ ਹੁਣ ਕਿ ਜਿੱਥੇ ਵੀ ਜਿੱਥੇ ਵੀ ਕੰਮ ਮਿਲ ਗਿਆ ਕੰਮ ਕਰਿਓ ਅਸੀਂ ਕੋਸ਼ਿਸ਼ ਇਹੀ ਕਰ ਰਹੇ ਆ ਕਿ ਘਰਾਂ ਦੇ ਆਲੇ ਦੁਆਲੇ ਤੇ ਨੇੜੇ ਤੇੜੇ ਰੇਡੀਅਸ ਦੇ ਵਿੱਚ ਹੀ ਕੰਮ ਮਿਲ ਜੇ ਤਾਂ ਕਿ ਤੁਹਾਡੇ ਖਰਚੇ ਵੀ ਘਟਣ ਉੱਥੇ ਕਿਤੇ ਜਾ ਕੇ ਰਹਿਣ ਦੇ ਖਰਚੇ ਲੱਗਣੇ ਜਾ ਜੇ ਬੱਚੇ ਆਣੇ ਤਾਂ ਉੱਥੇ ਜਾ ਕੇ ਹੋਰ ਸਕੂਲ ਦੇ ਵਿੱਚ ਬੱਚੇ ਪਾਉਣੇ ਡਿਫਰੈਂਟ ਗੱਲ ਹੋ ਜਾਂਦੀ ਹੈ ਸੋ ਤਾਂ ਦੇ ਹੀ ਨਾ ਕੰਮ ਕਰੋਗੇ ਤਾਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਜਦੋਂ ਪੰਜਾਬ ਦਾ ਦੁਬਾਰਾ ਨਿਰਮਾਣ ਹੋ ਰਿਹਾ ਸੀ ਤਾਂ ਲੋਕ ਨਿਰਮਾਣ ਚ ਕੌਣ ਕੌਣ ਸੀ ਉਹਦੇ 'ਚ ਤੁਹਾਡਾ ਨਾਮ ਆਊਗਾ ਸਾਰਿਆਂ ਦਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਸਾਥੀ ਜਿਹੜੇ ਨੇ ਉਹ ਜੁਆਇਨ ਤੁਹਾਨੂੰ ਕਰਨਗੇ ਕੋਈ ਕਿਸੇ ਵਿਭਾਗ ਵਿੱਚ ਇੱਕ ਵੀ ਸਾਮੀ ਅਸੀਂ ਵਿਹਲੀ ਨਹੀਂ ਛੱਡਣੀ ਜਿੰਨੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਨਾ ਹੈ ਕੱਚੇ ਲਫ਼ਜ਼ੀ ਖਤਮ ਕਰ ਦੇਣਾ ਸੀ ਤੇ ਜਿਉਂ-ਜਿਉਂ ਸਾਨੂੰ ਪਰਮੇਸ਼ਨਾ ਮਿਲੀ ਜਾਂਦੀਆਂ ਨੇ ਅਸੀਂ ਕੱਚਿਆਂ ਨੂੰ ਪੱਕੇ ਕਰੀ ਜਾਂਦੇ ਆ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਇਸ ਕੰਮ ਦੀ ਡਿਊਟੀ ਮੇਰੇ ਨਾਲ ਲਈ ਹੈ ਤਾਂ ਮੈਂ ਆਪਣੇ ਵੱਲੋਂ ਤਨਦੇਹੀ ਨਾਲ ਕੰਮ ਕਰ ਰਿਹਾ ਗਲਤੀਆਂ ਵੀ ਹੋ ਜਾਂਦੀਆਂ ਹੋਣਗੀਆਂ ਪਰ ਸਿਆਣੇ ਕਹਿੰਦੇ ਆ ਜੀਨੇ ਕੋਈ ਗਲਤੀ ਨਹੀਂ ਕੀਤੀ ਤਾਂ ਮੈਨੂੰ ਕੋਈ ਕੰਮ ਵੀ ਨਹੀਂ ਕੀਤਾ ਕੰਮ ਦੌਰਾਨ ਗਲਤੀਆਂ ਹੋ ਜਾਂਦੀਆਂ ਨੇ ਸੁਧਾਰ ਲੈਣੇ ਆ ਸੋ ਸਾਰੇ ਮੇਰੇ ਮੈਕਮੇਂ ਦੇ ਸਾਥੀ ਮੇਰੇ ਕੈਬਨਟ ਸਾਥੀ ਹਰਪਜਨ ਸਿੰਘ ਜੀ ਬਹੁਤ ਥੱਲੋਂ ਗਰੀਬੀ ਚ ਉੱਠ ਕੇ ਆ ਕੇ ਅੱਜ ਮਨਿਸਟਰ ਨੇ ਸੋ ਹਰ ਮੈਕਮੇਂ ਚ ਹਰ ਡਿਪਾਰਟਮੈਂਟ ਚ ਦੋ ਕਿਸਮ ਦੇ ਆਦਮੀ ਹੁੰਦੇ ਨੇ ਚਾਹੇ ਉਹ ਪੋਲਿਟਿਕਸ ਹੈ ਚਾਹੇ ਉਹ ਬਾਲੀਵੁੱਡ ਹੈ ਚਾਹੇ ਬਿਜ਼ਨਸ ਹੈ ਗ੍ਰਾਸ ਰੂਟਸ ਤੇ ਪੈਰਾਸ਼ੂਟਸ ਪੜਕ ਸਿਰਫ ਇਨਾ ਹੈ ਗਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਆ ਪੈਰਾਸ਼ੂਟਰ ਸਿਰਫ ਥੱਲੇ ਨੂੰ ਆ ਸਕਦੇ ਆ ਦੁਨੀਆ 'ਦੇ ਕੋਈ ਪੈਰਾਸ਼ੂਟ ਬੰਦੇ ਨੂੰ ਉੱਪਰ ਨਹੀਂ ਲੈ ਕੇ ਜਾਂਦੀ ਹੁਣ ਮੈਂ ਇਹ ਦੱਸਦਾ ਨਹੀਂ ਹੈਗਾ ਤੁਹਾਨੂੰ ਆਪ ਹੀ ਪਤਾ ਹੈ ਕਿ ਪੈਰਾਸ਼ੂਟਰ ਕਿਹੜੇ-ਕਿਹੜੇ ਨੇ ਠੀਕ ਹੈ ਨਾ ਉਹ ਥੱਲੇ ਆਉਣਗੇ ਉਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਤੇ ਅਸੀਂ ਸਾਰੇ ਗਰਾਸ ਰੂਟਰਾਂ ਸਾਨੂੰ ਤਾਂ ਤੁਹਾਡੀ ਕਿਰਪਾ ਤੁਹਾਡੇ ਅਸ਼ੀਰਵਾਦ ਨਾਲ ਤੁਸੀਂ ਸਾਨੂੰ ਉੱਪਰ ਹੀ ਚੱਕੀ ਜਾਂਦੇ ਹੋ ਔਰ ਜਿੰਨਾ ਪਿਆਰ ਜਿੰਨਾ ਸਤਕਾਰ ਜਿੰਨਾ ਮਾਨ ਸਨਮਾਨ ਪੰਜਾਬ ਨੇ ਪੰਜਾਬੀਆਂ ਨੇ ਪੰਜਾਬ ਦੀ ਮਿੱਟੀ ਨੇ ਮੈਨੂੰ ਦਿੱਤਾ ਸ਼ਾਇਦ ਮੈਨੂੰ ਕਈ ਜਨਮ ਲੱਗ ਜਾਣਗੇ ਜਿਵੇਂ ਹਰ ਸਾਹ ਤੋਂ ਬਾਅਦ ਵੀ ਧੰਨਵਾਦ ਕਰਦਾ ਰਹਾ ਤਾਂ ਵੀ ਤੁਹਾਡੇ ਪਿਆਰ ਦਾ ਮੈਂ ਕਰਜ਼ਾ ਨਹੀਂ ਮੋੜ ਸਕਦਾ ਸੋ ਸੋ ਮੈਂ ਹੀ ਚਾਹੂੰਗਾ ਕਿ ਜੋ ਜਾਣਾ ਦੁਨੀਆ ਤੋਂ ਸਭ ਨੇ ਪਰ ਕੋਈ ਹਜਾ ਕੰਮ ਕਰ ਜੀ ਕਿ ਲੋਕ ਥੋੜਾ ਜਿਹਾ ਯਾਦ ਰੱਖ ਲੈਣ ਨਹੀਂ ਤਾਂ ਇੱਥੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਬੜੇ ਤਨਾੜ ਆਏ ਨੇ ਬੜੇ ਪੈਸੇ ਵਾਲੇ ਆਏ ਨੇ بڑے ਬੈਂਕਾਂ 'ਚ ਖਾਤੇ ਖਤਿਗਲਾ ਕੇ ਬੈਂਕਾਂ ਲੁੱਟ ਕੇ ਵੀ ਚਲੇ ਗਏ ਪਰ ਲੋਕ ਉਹਨਾਂ ਨੂੰ ਕਦੇ ਯਾਦ ਨਹੀਂ ਕਰਦੇ ਜਿਨ੍ਹਾਂ ਦੇ ਬੈਂਕਾਂ 'ਚ ਖਾਤੇ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਦੇ ਜਿਨ੍ਹਾਂ ਦੇ ਲੋਕਾਂ ਦੇ ਦਿਲਾਂ 'ਚ ਖਾਤੇ ਹੁੰਦੇ ਨੇ ਸੋ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਹੈ ਹਰ ਪਿੰਡ 'ਚ ਘਟੂ ਘਟ ਕੋਈ ਪਿੰਡ ਨਹੀਂ ਆਇਆ ਮੈਂ ਪੰਜਾਬ ਦਾ ਦੇਖਿਆ ਜਿੱਥੇ ਕੋਈ ਸ਼ਹੀਦ ਨਾ ਹੋਵੇ ਚਾਹੇ ਕਾਰਗਿਲ ਦਾ ਹੋਵੇ ਚਾਹੇ ਆਜ਼ਾਦੀ ਤੋਂ ਪਹਿਲਾਂ ਦਾ ਹੋਵੇ ਚਾਹੇ ਆਜ਼ਾਦੀ ਤੋਂ ਬਾਅਦ ਦਾ ਹੋਵੇ ਲਗਭਗ 12000 ਤੋਂ ਉੱਪਰ ਪਿੰਡ ਹੈ ਮਨ ਲੱਗਦਾ 7-8000 ਪਿੰਡਾਂ 'ਚ ਤਾਂ ਗੇਟ ਬਣੇ ਹੋਏ ਨੇ ਉਹਨਾਂ ਦੇ ਨਾਂ ਤੇ ਸੋ ਅਸੀਂ ਤਾਂ ਆਜ਼ਾਦੀ ਲਿਆਉਣ 'ਚ ਵੀ ਆਜ਼ਾਦੀ ਕੈਮ ਰੱਖਣ 'ਚ ਵੀ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਤੇ ਪੰਜਾਬ ਨੂੰ ਫਿਰ ਨੰਬਰ 1 ਬਣਨ ਦਾ ਹੱਕ ਹੈ ਕੋਈ ਇਹ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਨੰਬਰ 1 ਬਣਨ ਦੀ ਪੰਜਾਬ ਨੂੰ ਨੰਬਰ 1 ਬਣਨ ਦਾ ਹੱਕ ਹੈ ਤੇ ਉਸ ਹੱਕ ਦੇ ਵਿੱਚ ਤੁਸੀਂ ਮੇਰੀ ਟੀਮ ਦੇ ਮੈਂਬਰ ਬਣੋਗੇ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਊਗੀ ਤੇ ਮੈਨਿਕਾ ਨਾ ਮੇਰੇ ਪਿੱਛੇ ਲੱਗੋ ਮੈਂ ਕਹਿੰਦਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਪੰਜਾਬ ਨੂੰ ਦੇਸ਼ ਦਾ ਨੰਬਰ 1 ਤੇ ਦੁਨੀਆ ਦਾ ਨੰਬਰ 1 ਸੂਬਾ ਬਣਾ ਕੇ ਦਿਖਾਵਾਂਗੇ ਨੀਅਤ ਸੱਚੀ ਹੋਵੇ ਨੀਅਤ ਸਾਫ਼ ਹੋਵੇ ਸਿਆਣੇ ਕਹਿੰਦੇ ਨੇ ਇਨੀਤਾਂ ਨੂੰ ਮਰਾਦਾ ਨੇ ਤਾਂ ਪ੍ਰਮਾਤਮਾ ਵੀ ਸਾਥ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ